10-10 ਰੁਪਏ ਇਕੱਠੇ ਕਰਕੇ ਮੈਂ ਇਸ ਬੱਚੀ ਦੀ ਜਿਹੜੀ ਡਿਲੀਵਰੀ ਆ ਉਹ ਕਰਵਾ ਸਕਾਂ। ਜੇ ਤੁਹਾਨੂੰ ਬੱਚੇ ਦੀ ਨਹੀਂ ਸੀ ਜ਼ਰੂਰਤ ਤਾਂ ਤੁਸੀਂ ਬੱਚਾ ਪੈਦਾ ਹੀ ਕਿਉਂ ਕਰਦੇ ਹੋ, ਅਤੇ ਬੱਚਾ ਪੈਦਾ ਹੀ ਕਿਉਂ ਕਰਦੇ ਹੋ? ਪੂਰੇ ਟਾਈਮ ਦੇ ਵਿੱਚ ਇਹ ਰੇਹੜੀ 'ਤੇ ਪਾ ਕੇ ਥਾਂ ਥਾਂ ਦਰ ਦਰ ਵਿਚਾਰੇ ਚੱਕਰਾਂ ਮਾਰ ਰਹੇ ਨੇ। ਚਲੋ ਈਵਨ ਪੰਜਾਬੀ ਨਿਡਰ ਨਿਰਪੱਖ ਨਵੀਂ ਸੋਚ ਮੈਂ ਤੁਹਾਡਾ ਦੋਸਤ ਸੋਮ ਸਹੋਤਾ ਤੋਂ ਲੈ ਕੇ ਹਾਜ਼ਰ ਹੈ। ਖਰੀਆਂ ਖਰੀਆਂ ਦੋਸਤੋ, ਖਰੀਆਂ ਖਰੀਆਂ ਦੇ ਵਿੱਚ ਅੱਜ ਗੱਲ ਕਰਦੇ ਹਾਂ ਜੀ ਕਿ ਇੱਕ ਵੀਡੀਓ ਵਾਇਰਲ ਹੋ ਰਿਹਾ ਪਟਿਆਲੇ ਦਾ, ਸਮਾਣੀਆਂ ਗੇਟ ਦਾ ਵੀਡੀਓ ਵਾਇਰਲ ਹੋ ਰਿਹਾ, ਔਰ ਇਸ ਵੀਡੀਓ ਦੇ ਵਿੱਚ ਇੱਕ ਔਰਤ ਨੇ ਉਹਨਾਂ ਲੋਕਾਂ ਨੂੰ ਖਰੀਆਂ ਖਰੀਆਂ ਸੁਣਾਈਆਂ ਨੇ ਜੋ ਲੋਕ ਆਪਣੀ ਮਤਲਬ ਭੁੱਖ ਮਿਟਾਉਣ ਦੀ ਖਾਤਰ, ਔਰ ਜਦੋਂ ਉਹਨਾਂ ਦੀ ਸਰੀਰਕ ਭੁੱਖ ਖਤਮ ਹੋ ਜਾਂਦੀ ਹੈ ਤਾਂ ਉਸ ਨੂੰ ਤਲਾਕ ਦੇ ਦਿੰਦੇ ਨੇ ਜਾਂ ਫਿਰ ਉਸ ਨੂੰ ਛੱਡ ਦਿੰਦੇ ਨੇ। ਇੱਕ ਭੈਣ ਨੇ ਵੀਡੀਓ ਬਣਾਈ ਹੈ ਜੀ ਸਮਾਣੀਆਂ ਗੇਟ ਤੋਂ, ਇੱਕ ਗਰੀਬ ਬਹੁਤ ਹੀ ਲਾਚਾਰ ਪਰਿਵਾਰ ਹੈ, ਔਰ ਜਿਸ ਦੀ ਮਤਲਬ ਲੜਕੀ ਜਿਹੜੀ ਹੈ ਉਹ ਪ੍ਰੈਗਨੈਂਟ ਹੈ। ਪ੍ਰੈਗਨੈਂਟ ਲੜਕੀ ਨੂੰ ਰੇੜੇ ਦੇ ਉੱਪਰ ਪਾਈ ਹੋਈ ਮਾਂ ਬਾਪ ਵੱਲੋਂ ਦਰ ਦਰ ਜਾ ਕੇ ਲੋਕਾਂ ਦੇ ਕੋਲੋਂ 10-10 ਰੁਪਈਏ ਇਕੱਠੇ ਕਰ ਰਹੇ ਨੇ ਤਾਂ ਕਿ ਇਸ ਬੱਚੀ ਦਾ ਮਤਲਬ ਜਿਹੜਾ ਇਲਾਜ ਹੈ, ਇਸ ਬੱਚੀ ਦੇ ਪੇਟ ਵਿੱਚ ਬੇਟਾ ਹੈ ਬੇਟੀ ਹੈ ਉਸ ਨੂੰ ਜਨਮ ਦਿੱਤਾ ਜਾ ਸਕੇ। ਲੇਕਿਨ ਦੋਸਤੋ ਵੱਡੀ ਗੱਲ ਇਹ ਹੈ ਕਿ ਇੱਕ ਛੋਟੀ ਜਿਹੀ ਬੱਚੀ ਹੈ ਇਸੇ ਹੀ ਲੜਕੀ ਦੀ ਜਿਹੜੀ ਕਿ ਉਸ ਰੇੜੇ ਨੂੰ ਖਿੱਚ ਰਹੀ ਹੈ, ਖਿੱਚ ਰਹੀ ਹੈ। ਉਸ ਦਾ ਬਾਪ ਅਤੇ ਮਾਂ ਉੱਪਰ ਬੈਠੇ ਨੇ, ਮਾਂ ਧੱਕਾ ਵੀ ਲਗਾ ਰਹੀ ਹੈ, ਲੇਕਿਨ ਦੋਸਤੋ ਵੱਡੀ ਗੱਲ ਹੈ ਕਿ ਉਸਦੇ ਬਾਪ ਦੀਆਂ ਵੀ ਲੱਤਾਂ ਔਰ ਬਾਹਾਂ ਪੂਰੀ ਤਰ੍ਹਾਂ ਨਹੀਂ ਹੈ। ਇੰਨੀ ਦਿਲ ਦੁਖਿਆ ਇਸ ਵੀਡੀਓ ਨੂੰ ਦੇਖ ਕੇ। ਮੈਂ ਮੁਬਾਰਕਬਾਦ ਦੇਣਾ ਚਾਹੁੰਦਾ ਉਸ ਭੈਣ ਨੂੰ ਜਿਸ ਨੇ ਪੂਰੀ ਸ਼ਿੱਦਤ ਨਾਲ ਪੂਰੀ ਟੈਨਸ਼ਨ ਲੈ ਕੇ ਇਸ ਪਰਿਵਾਰ ਦੀ ਮਦਦ ਕੀਤੀ ਹੈ। ਪਹਿਲਾਂ ਵੇਖੋ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਪਟਿਆਲੇ ਦੇ ਸਮਾਣੀਆਂ ਗੇਟ ਤੋਂ ਇਹ ਵੀਡੀਓ। ਮੈਂ ਕੁਲਦੀਪ ਕੌਰ ਪਟਿਆਲੇ ਤੋਂ ਜੀ। ਮੈਂ ਕਿਤੇ ਜਾ ਰਹੀ ਸੀਗੀ ਕੰਮ, ਰਸਤੇ ਦੇ ਵਿੱਚ ਮੈਨੂੰ ਇੱਕ ਫੈਮਿਲੀ ਮਿਲੀ ਆ, ਮੈਂ ਜੋ ਕਿ ਦੁੱਖ ਦੱਸ ਨਹੀਂ ਸਕਦੀ ਇਸ ਟਾਈਮ, ਮੇਰੇ ਕੋਲ ਸ਼ਬਦ ਨਹੀਂ ਹੈਗੇ ਉਹ ਦੁੱਖ ਦੱਸਣ ਦੇ। ਔਰ ਮੈਂ ਲੱਖ ਲਾਹਨਤਾਂ ਪਾਉਂਦੀ ਉਹਨਾਂ ਲੋਕਾਂ ਦੇ ਉੱਤੇ ਜਿਹੜੇ ਲੋਕ ਇਸ ਤਰ੍ਹਾਂ ਦੇ ਕੰਮ ਕਰਦੇ ਨੇ। ਇਹ ਬਜ਼ੁਰਗ ਨੂੰ ਦੇਖ ਰਹੇ ਹੋ, ਬਜ਼ੁਰਗ ਦੇ ਪੈਰ ਦੇਖ ਰਹੇ ਹੋ, ਦੋਨੋਂ ਪੈਰ ਨਹੀਂ ਹੈਗੇ ਬਜ਼ੁਰਗ ਦੇ, ਹੱਥ ਦੇਖ ਲਓ। ਇਹ ਪਿੱਛੇ ਮਾਂ ਖੜੀ ਹੈ, ਇਹ ਇਹਨਾਂ ਦੀ ਬੇਟੀ ਹੈ ਜਿਹਦੇ ਕਿ ਬੱਚਾ ਹੋਣ ਵਾਲਾ, ਔਰ ਇਹਨਾਂ ਕੋਲ ਇੰਨਾ ਪੈਸਾ ਨਹੀਂ ਹੈਗਾ ਕਿ ਸਰਕਾਰੀ ਸਕੂਲ ਹੋਸਪਿਟਲ ਦੇ ਵਿੱਚ ਜਾ ਕੇ ਪਰਚੀ ਦੇ ਹੀ ਪੈਸੇ ਦੇ ਸਕਣ। ਇਹ ਬੱਚੀ ਉਹ ਜਿਹਦੇ ਬੇਟੀ ਬੱਚਾ ਹੋਣ ਵਾਲਾ ਉਹਦੀ ਪਹਿਲੀ ਬੇਟੀ ਹੈ, ਔਰ ਬਜ਼ੁਰਗ ਇੰਨੇ ਦੁਖੀ ਨੇ ਕਿ ਰੇਹੜੀ ਦੇ ਵਿੱਚ ਪਾ ਕੇ ਪਟਿਆਲੇ ਸ਼ਹਿਰ ਦੇ ਵਿੱਚ ਸਮਾਣੀਆਂ ਗੇਟ ਕੋਲ ਮੰਗਣ ਨੂੰ ਮਜਬੂਰ ਹੋਏ ਨੇ, ਔਰ 10-10 ਰੁਪਏ ਇਕੱਠੇ ਕਰ ਰਹੇ ਨੇ ਕਿ ਮੈਨੂੰ 10-10 ਰੁਪਏ ਇਕੱਠੇ ਕਰਕੇ ਮੈਂ ਇਸ ਬੱਚੀ ਦੀ ਜਿਹੜੀ ਡਿਲੀਵਰੀ ਆ ਉਹ ਕਰਵਾ ਸਕਾਂ। ਔਰ ਇਹ ਜਿੱਥੇ ਵਿਆਹੀ ਸੀ ਉਸ ਬੰਦੇ ਦੀ ਹਰਕਤ ਵੇਖੋ, ਇਹ ਆ ਕਿ ਉਸ ਬੰਦੇ ਦੇ ਕੋਲ ਜ਼ਮੀਨ ਜਾਇਦਾਦ ਵੀ ਆ, ਪਰ ਫਿਰ ਵੀ ਦੋ ਬੱਚਿਆਂ ਦਾ ਬਾਪ ਬਣਨ ਤੋਂ ਬਾਅਦ ਇਹਨੂੰ ਛੱਡ ਗਿਆ, ਔਰ ਇਹਨੂੰ ਇਸ ਤਰ੍ਹਾਂ ਧੱਕਾ ਦਿੱਤਾ ਕਿ ਉਹ ਬੱਚਾ ਪੇਟ ਦੇ ਵਿੱਚ ਲੈ ਕੇ ਅਤੇ ਬਜ਼ੁਰਗ ਜਿਹੜੇ ਸੜਕਾਂ 'ਤੇ ਰੋਲ ਰਹੇ ਆ। ਦੇਖੋ ਇਹ ਕਿਸ ਤਰ੍ਹਾਂ ਖਿੱਚ ਰਹੇ ਆ, ਔਰ ਬੱਚਾ ਵੀ ਇਹਨਾਂ ਨੇ ਲੱਤ ਉਹਦੀ ਬੱਚੇ ਦੀ ਬੱਧੀ ਹੋਈ ਆ ਕਿ ਇਹ ਬੱਚੇ ਛੋਟੇ ਦੇ ਮਗਰ ਭੱਜ ਕੇ ਇਹ ਬੱਚਾ ਵੀ ਨਹੀਂ ਫੜ ਸਕਦੇ, ਇੰਨੀ ਮਜਬੂਰ ਹਾਲਤ। ਔਰ ਮੈਂ ਉਹਨਾਂ ਲੋਕਾਂ ਨੂੰ ਲਾਹਨਤਾਂ ਪਾਉਂਦੀ ਹਾਂ ਜਿਹੜੇ ਲੋਕ ਇਸ ਤਰ੍ਹਾਂ ਦੇ ਕੰਮ ਕਰਦੇ ਨੇ। ਜੇ ਤੁਹਾਨੂੰ ਬੱਚੇ ਦੀ ਨਹੀਂ ਸੀ ਜ਼ਰੂਰਤ ਤਾਂ ਤੁਸੀਂ ਬੱਚਾ ਪੈਦਾ ਹੀ ਕਿਉਂ ਕਰਦੇ ਹੋ, ਬੱਚੇ ਦੀ ਚਾਹਣਾ ਹੀ ਕਿਉਂ ਰੱਖਦੇ ਹੋ? ਜੇ ਬੱਚਾ ਰੱਖਿਆ ਤਾਂ ਉਹਨੂੰ ਕਮ ਸੇ ਕਮ ਉਹਦੀ ਕੇਅਰ ਤਾਂ ਕਰੋ। ਬਾਪੂ ਜੀ ਕਿੱਥੋਂ ਆਏ ਹੋ ਤੁਸੀਂ? ਤੁਸੀਂ ਇਸ ਤਰ੍ਹਾਂ ਕਿਉਂ ਫਿਰ ਰਹੇ ਹੋ ਰੇਹੜੀ ਲੈ ਕੇ?
ਰੇੜੀ ਲੈ ਕੇ ਕਿਉਂ ਫਿਰ ਰਹੇ ਹੋ ਤੁਸੀਂ? ਹਿਮਾਚਲ ਦਾ ਦੋ ਪੈਸੇ ਖਰਚਾ ਕਰਦਾ ਕਰਦਾ। ਤੁਹਾਡੇ ਘਰ 'ਚ ਕੋਈ ਹੈਗਾ ਹੋਰ ਮੈਂਬਰ ਕਮਾਉਣ ਵਾਲਾ? ਨਾ ਨਹੀਂ ਹੈਗਾ। ਹੁਣ ਤੁਸੀਂ ਇਹਦੇ ਲਈ ਪੈਸੇ ਇਕੱਠੇ ਕਰ ਰਹੇ ਹੋ? ਇਹਦੇ ਬੱਚਾ ਹੁਣ ਹੋਣ ਵਾਲਾ ਹੈ ਤੇ ਐਡਮਿਟ ਨਹੀਂ ਕਰਵਾਈ ਰਜਿੰਦਰਾ 'ਚ ਜਾਂ ਕਿਤੇ ਮਾਤਾ ਕੁਸ਼ਲਿਆ ਦੇ? ਉੱਥੇ ਵੀ ਗਿਆ ਤਾਂ ਕੀ ਕਹਿੰਦੇ ਹੋ? ਉੱਥੇ ਤਲਾ ਤਾਰਦੇ ਆ ਕੁੜੀ ਨੂੰ, ਉੱਪਰ ਚੜ੍ਹਦੋ ਨਹੀਂ ਦੇ, ਉੱਪਰ ਤੇ ਤਲਾ ਤਾਰਦੇ ਆ। ਤਾਂ ਉੱਥੇ ਰੇੜੀ ਵਗੈਰਾ ਸਭ ਕੁਛ ਹੁੰਦਾ, ਉਹਦੇ ਤੇ ਪਾ ਕੇ ਲੈ ਕੇ ਨਹੀਂ ਗਏ ਅੱਗੇ? ਹਾਂ ਲੈ ਕੇ ਗਏ ਤੁਸੀਂ ਜੀ। ਅੱਛਾ ਲੈ ਕੇ ਗਏ ਸੀਗੇ, ਫਿਰ ਤੁਸੀਂ ਉੱਥੋਂ ਲਿਆਏ ਕਿਉਂ ਜੇ ਇਹਨਾਂ ਨੂੰ? ਇਸਨੂੰ ਆ ਜਾ ਧੱਕਦੇ ਆ ਮੈਨੂੰ, ਚਲੋ ਚਾਚਾ। ਤੁਹਾਨੂੰ ਕੋਈ ਬਿਮਾਰੀ ਹੈ? ਤੁਹਾਡੇ ਹੱਥ ਪੈਰ ਕਿਵੇਂ ਆ? ਸ਼ੂਗਰ ਹੈ? ਸ਼ੂਗਰ ਹੈ? ਦੇਖੋ ਇੰਨੀ ਹਾਲਤ ਬੁਰੀ, ਬਜ਼ੁਰਗ ਦੇ ਪੈਰ ਦੇਖੋ, ਹੱਥ ਦੇਖੋ, ਮਾਤਾ ਦੇਖੋ ਜਿਹੜੀ ਕਿ ਪਿੱਛੋਂ ਧੱਕਾ ਲਗਾ ਰਹੀ ਹੈ ਰੇੜੀ ਨੂੰ, ਔਰ ਆਹ ਬੇਟੀ ਇਹਨਾਂ ਦੀ ਜਿਹੜੀ ਕਿ ਮੈਨੂੰ ਲੱਗ ਰਿਹਾ ਦੇਖਣ 'ਚ ਕਿ ਪੂਰਾ ਟਾਈਮ ਆ ਬੱਚੀ ਨੂੰ, ਔਰ ਪੂਰੇ ਟਾਈਮ ਦੇ ਵਿੱਚ ਇਹ ਰੇੜੀ 'ਤੇ ਪਾ ਕੇ ਥਾਂ ਥਾਂ ਦਰ ਦਰ ਵਿਚਾਰੇ ਚੱਕਰਾਂ ਮਾਰ ਰਹੇ ਨੇ, ਔਰ ਆਹ ਬੱਚਾ ਹੈ ਜਿਹੜਾ ਕਿ ਇਸੇ ਲੜਕੀ ਦਾ ਵੱਡੀ ਬੇਟੀ ਆ, ਜਿਹਨੂੰ ਕਿ ਮਗਰ ਭੱਜ ਕੇ ਫੜ ਵੀ ਨਹੀਂ ਸਕਦੇ, ਇਸ ਕਰਕੇ ਇਹਦੀ ਲੱਤ ਬੰਨੀ ਹੋਈ ਹੈ ਨਾਲ ਕਿ ਇਹ ਰਿਕਸ਼ੇ ਦੇ ਨਾਲ ਨਾਲ ਰਹੇ। ਮੇਰੇ ਵੀਰੋ, ਮੇਰੀਆਂ ਭੈਣਾਂ, ਇਸ ਵੀਡੀਓ ਨੂੰ ਸੁਣ ਕੇ ਵੱਧ ਤੋਂ ਵੱਧ ਸ਼ੇਅਰ ਕਰੋ, ਔਰ ਉਸ ਗੰਦੇ 'ਤੇ ਲਾਹਨਤਾਂ ਪਾਓ ਜਿੰਨੀਆਂ ਵੀ ਪੈਂਦੀਆਂ। ਜਿਸ ਬੰਦੇ ਨੇ ਇਸ ਲੜਕੀ ਦੇ ਨਾਲ ਵਿਆਹ ਕੀਤਾ ਔਰ ਵਿਆਹ ਕਰਨ ਤੋਂ ਬਾਅਦ ਦੇ ਵਿੱਚ ਇੱਕ ਦੋ ਬੱਚਿਆਂ ਦਾ ਬਾਪ ਹੋਣ ਤੋਂ ਬਾਅਦ ਵੀ ਇਹਨੂੰ ਛੱਡ ਦਿੱਤਾ, ਔਰ ਇਸ ਟਾਈਮ ਹਾਂਜੀ 4 ਬੱਚਿਆਂ ਦਾ ਬਾਪ ਹੈ, ਦੂਜੇ 2 ਬੱਚੇ ਕਿੱਥੇ ਨੇ? ਅੱਛਾ 2 ਮੁੰਡੇ ਮਰ ਗਏ ਆ। ਫਿਰ ਤੁਸੀਂ ਕਿੱਦਾਂ ਕਮਾਉਂਦੇ ਹੋ, ਕਿੱਦਾਂ ਖਵਾਉਂਦੇ ਆ ਇਹਨੂੰ? ਹਾਂ ਬਸ ਤਾਂ ਮਾੜਾ ਮੋਟਾ ਕਮਾ ਲਿਆ, 2-4 ਪੈਸੇ ਮੰਗ ਲਿਆ। ਇਹੋ ਜਿਹੇ ਦੇ ਲੱਖ ਲਾਹਨਤਾਂ ਲੋਕਾਂ ਦੇ, ਤੁਸੀਂ ਫਿਕਰ ਨਾ ਕਰੋ, ਤੁਸੀਂ ਰਜਿੰਦਰਾ ਚੱਲੋ, ਮੈਂ ਰਜਿੰਦਰਾ ਪਹੁੰਚ ਰਹੀ ਹਾਂ, ਰਜਿੰਦਰਾ ਆ ਕੇ ਮੈਂ ਤੁਹਾਡਾ ਸਾਰਾ ਉੱਥੇ ਐਡਮਿਟ ਕਰਵਾ ਕੇ ਤੁਹਾਡੀ ਦੇਖਭਾਲ ਕਰਵਾਉਂਦੀ ਹਾਂ, ਔਰ ਕੋਈ ਗੱਲ ਨਹੀਂ ਤੁਹਾਡੇ ਨਾਲ ਆ। ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਾਰਿਆਂ ਨੂੰ, ਮੈਂ ਕੁਲਦੀਪ ਕੌਰ ਪਟਿਆਲੇ ਤੋਂ। ਅੱਜ ਅਜਿਹੀ ਇੱਕ ਫੈਮਿਲੀ ਮਿਲੀ ਆ ਕਿ ਮੈਂ ਇਸ ਟਾਈਮ ਸਮਾਨੀਆ ਗੇਟ ਪਟਿਆਲਾ ਦੇ ਵਿੱਚ ਖੜ੍ਹੀ ਹਾਂ, ਜਿੱਥੇ ਕਿ ਇਹ ਬਜ਼ੁਰਗ ਸਾਈਕਲ ਦੇ ਵਿੱਚ ਆਪਣੀ ਪ੍ਰੈਗਨੈਂਟ ਬੱਚੀ ਨੂੰ ਪਾ ਕੇ ਲੰਮੇ, ਅਤੇ ਮਾਂ ਉਹਨਾਂ ਦੀ ਪਿੱਛੇ ਧੱਕਾ ਲਗਾ ਰਹੀ, ਔਰ ਬਾਪ ਤੋਂ ਸਾਈਕਲ ਚੱਲਦਾ ਨਹੀਂ ਕਿਉਂਕਿ ਉਹਦੇ ਪੈਰ ਵੀ ਨਹੀਂ ਹੈਗੇ ਔਰ ਹੱਥ ਵੀ ਨਹੀਂ ਹੈਗੇ, ਤਾਂ ਉਹ ਹੈਂਡਲ ਨੂੰ ਮਾੜਾ ਮੋਟਾ ਸਹਾਰਾ ਲਾ ਕੇ ਅਤੇ ਮੰਗ ਰਹੇ ਨੇ 10-10 ਰੁਪਏ। ਜੋ ਬਹੁਤ ਦੁੱਖ ਹੋਇਆ ਮੈਨੂੰ ਅੱਜ ਇਸ ਚੀਜ਼ ਦਾ ਕਿ ਇਹੋ ਜਿਹੇ ਲੋਕਾਂ ਦਾ ਮੂੰਹ ਕਾਲਾ ਕਰ ਦੇਣਾ ਚਾਹੀਦਾ ਜਿਹੜੇ ਲੋਕ ਇਸ ਤਰ੍ਹਾਂ ਦੇ ਕੰਮ ਕਰਦੇ ਨੇ। ਜੇ ਬੱਚੀ ਦੇ ਨਾਲ ਮੈਰਿਜ ਕੀਤੀ ਆ, ਬੱਚਾ ਪੈਦਾ ਕਰਨ ਦੀ ਚਾਹਵਾਨ ਨੇ ਲੋਕ, ਫਿਰ ਉਹ ਬੱਚੇ ਨੂੰ ਕਿਉਂ ਨਹੀਂ ਕੇਅਰ ਕਰਦੇ ਜਾਂ ਫਿਰ ਬੱਚਾ ਕਿਉਂ ਪੈਦਾ ਕਰਦੇ ਨੇ? ਬੜੀ ਬੜੀ ਮਤਲਬ ਦਿਲ ਨੂੰ ਅੱਜ ਦੁੱਖ ਆ। ਇਹੋ ਜਿਹੇ ਵੀਰਾਂ ਨੂੰ, ਇਹੋ ਜਿਹੀਆਂ ਭੈਣਾਂ ਦਾ ਸਾਥ ਦਿਓ,
ਕੋਸ਼ਿਸ਼ ਕਰਿਓ ਥੋੜ੍ਹੇ ਥੋੜ੍ਹੇ ਇਹਨਾਂ ਵਾਸਤੇ ਜੇ ਕੋਈ ਹੈਲਪ ਕਰ ਸਕਦਾ ਪਟਿਆਲੇ ਏਰੀਏ ਦੇ ਵਿੱਚੋਂ। ਰਜਿੰਦਰਾ ਹੋਸਪਿਟਲ ਦੇ ਵਿੱਚ ਮੈਂ ਇਹਨਾਂ ਨੂੰ ਐਡਮਿਟ ਕਰਵਾ ਰਹੀ ਹਾਂ ਲਿਜਾ ਕੇ, ਸੋ ਦੇਖਦੇ ਹਾਂ ਇਹਨਾਂ ਦੀ ਕੀ ਪ੍ਰੋਬਲਮ ਕੀ ਕੰਡੀਸ਼ਨ, ਉਹ ਡਾਕਟਰੀ ਟ੍ਰੀਟਮੈਂਟ ਤੋਂ ਬਾਅਦ ਪਤਾ ਲੱਗਣਾ ਹੈਗਾ ਮੈਨੂੰ ਡਾਕਟਰੀ ਰਿਪੋਰਟਾਂ ਤੋਂ ਬਾਅਦ। ਸੋ ਕਿਰਪਾ ਕਰਿਓ ਇਹਨਾਂ ਦੀ ਆਪਾਂ ਰਲ ਮਿਲ ਕੇ ਹੈਲਪ ਕਰਕੇ ਅਤੇ ਇਹਨਾਂ ਦੀ ਜਿਹੜਾ ਇਹ ਡਿਲੀਵਰੀ ਕੇਸ ਆ ਉਹ ਕਰ ਸਕੀਏ। ਸੋ ਬਹੁਤ ਬਹੁਤ ਧੰਨਵਾਦ, ਇਸ ਤਰ੍ਹਾਂ ਦੀਆਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ। ਚਲੋ 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 ਬਿਲਕੁਲ ਜੀ, ਇਸ ਟਾਈਮ ਰਜਿੰਦਰਾ ਹੋਸਪਿਟਲ ਦੇ ਵਿੱਚ ਇਸ ਪਰਿਵਾਰ ਨੂੰ, ਇਸ ਬੱਚੀ ਨੂੰ ਐਡਮਿਟ ਕਰਵਾ ਦਿੱਤਾ ਗਿਆ। ਔਰ ਉਸ ਮੈਡਮ ਨੇ ਜਿਵੇਂ ਤੁਸੀਂ ਸੁਣਿਆ ਕਿ ਜੇ ਕੋਈ ਮਦਦ ਕਰਨਾ ਚਾਹੁੰਦਾ ਹੈ ਤਾਂ ਕਿਸੇ ਵੀ ਕਿਸਮ ਦੀ ਕੋਈ ਮਦਦ ਕਰਨਾ ਚਾਹੁੰਦਾ ਹੈ ਤਾਂ ਪਲੀਜ਼ ਜ਼ਰੂਰ ਸੰਪਰਕ ਕੀਤਾ ਜਾਵੇ। ਔਰ ਦੂਸਰੀ ਗੱਲ ਇਹ ਕਹਿਣੀ ਚਾਹੁੰਦਾ ਹਾਂ ਦੋਸਤੋ ਕਿ ਸਾਡੇ ਪਟਿਆਲੇ ਦੀ ਧਰਤੀ ਹੀ ਨਹੀਂ, ਪੰਜਾਬ ਦੀ ਧਰਤੀ ਦੇ ਉੱਪਰ ਇਹ ਵਰਦਾਨ ਹੈ, ਗੁਰੂਆਂ ਦਾ ਵਰਦਾਨ ਹੈ ਕਿ ਮਤਲਬ ਕਿਸੇ ਵੀ ਗਰੀਬ ਪਰਿਵਾਰ ਦੀ ਮਦਦ ਲਈ ਉਹ ਅੱਗੇ ਜ਼ਰੂਰ ਆਉਂਦੇ ਨੇ। ਵੇਖਣਾ ਹੁਣ ਇਹ ਹੈ ਕਿ ਇਸ ਗਰੀਬ ਪਰਿਵਾਰ ਦੀ ਮਦਦ ਲਈ ਕੌਣ ਅੱਗੇ ਆਉਂਦਾ ਹੈ।